ਯਾਰੀ ਤੁਹਾਡੀ ਉਸ ਨਾਲ ਕਿਸ ਤਰ੍ਹਾਂ ਗੱਲਬਾਤ ਯਾਰ ਸਟਾਰਟ ਹੋਈ? ਉਹਦੀ ਮੇਰੇ ਨਾਲ ਗੱਲਬਾਤ ਹੋਈ ਹੁਣ ਫੇਸਬੁੱਕ ਦੇ ਵਿੱਚ ਰਾਹੀਂ, ਅੱਛਾ ਕਿਉਂਕਿ ਅੱਛਾ ਫੇਸਬੁੱਕ ਰਾਹੀਂ ਮੈਂ ਹਰ ਇੱਕ ਜ਼ਿਆਦਾ ਸਿੰਗਰਾਂ ਨੂੰ ਪਤਾ ਲੱਗ ਹੀ ਜਾਊਗਾ ਜਦੋਂ ਤੱਕ ਜਦੋਂ ਮੇਰੀ ਆ ਚੱਲੀ ਹੈ ਯੂਟਿਊਬ ਦੇ ਵਿੱਚ, ਹਾਂਜੀ ਕਿ ਹਾਂਜੀ ਕਿਉਂਕਿ ਹੁਣ ਧਰਮਪ੍ਰੀਤ ਹੋ ਗਿਆ ਤੇ ਹੋਰ ਵੀ ਦੋ ਤਿੰਨ ਨਵੇਂ ਗਾਇਕ ਤੇ ਹਾਂਜੀ ਜੈਜ ਹਾਂਜੀ ਭਾਜੀ, ਹਾਂਜੀ ਇਹ ਹਾਂਜੀ ਸਾਰਿਆਂ ਨਾਲ ਆਪਾਂ ਫੇਸਬੁੱਕ 'ਚ ਹੀ ਜੁੜਦੇ ਰਹੇ ਕਿਉਂਕਿ ਮੈਂ ਉੱਥੇ ਪੜ੍ਹਦਾ ਸੀ ਪੰਜਾਬੀ ਸਿੰਗਰ, ਹਾਂਜੀ ਕਿ ਇਹਨਾਂ ਹਾਂਜੀ ਦੇ ਥਰੂ ਮੈਂ ਕਿਤੇ ਜੁੜਾਂ। ਹਾਂਜੀ ਤੇ ਬਾਕੀ ਕਈਆਂ ਨਾਲ ਗੱਲਬਾਤ ਕੀਤੀ, ਚਲੋ ਸਾਰੇ ਵਧੀਆ। ਤੇ ਬਾਕੀ ਜੈਜ ਭਾਜੀ ਨੂੰ ਮੈਂ ਗਾਣਾ ਹੁਣ ਭੇਜਿਆ, ਪਹਿਲਾਂ ਇੱਕ ਵਾਰੀ ਫੈਕਸ ਕੀਤੀ ਹਾਂਜੀ ਹਾਂਜੀ ਸਕੈਨ ਫੈਕਸ, ਹਾਂਜੀ ਹਾਂਜੀ ਤੇ ਉਹ ਭਾਜੀ ਕਹਿੰਦੇ ਨਹੀਂ ਪਹੁੰਚੀ, ਫਿਰ ਦੂਜੀ ਵਾਰੀ ਉਹਨਾਂ ਨੇ ਫੈਕਸ ਕੀਤੀ, ਅੱਜ ਉਹਨਾਂ ਦਾ ਫੋਨ ਆਇਆ ਸੀ ਹਾਂਜੀ ਹਾਂਜੀ ਕਹਿੰਦੇ ਪਹੁੰਚ ਕੀ ਗਏ, ਗਾਣਾ ਪਹੁੰਚ ਮੈਂ ਗਿਆ ਕਿਹਾ ਤੁਹਾਡੇ? ਭਾਜੀ ਕਿ ਤੁਸੀਂ ਗਾਓ ਜ਼ਰੂਰ, ਉਹ ਕਹਿੰਦੇ ਮੈਂ ਸੋਚਾਂਗਾ ਕਿ ਮੈਂ ਕੋਸ਼ਿਸ਼ ਕਰਾਂਗਾ ਆਪਣੇ ਵੱਲੋਂ, ਕਿਉਂਕਿ ਉਹ ਵੀ ਉਹਨਾਂ ਦੀ ਵੀ ਕੋਈ ਮਜਬੂਰੀ ਹੋ ਗਈ, ਉਹ ਵੀ ਕਿਤੇ ਕੈਨੇਡਾ ਦੇ ਵਿੱਚ ਬੈਠੇ ਆ, ਹਾਂਜੀ ਹਾਂਜੀ ਤੇ ਉਹ ਪਤਾ ਨਹੀਂ ਹੁਣ ਉਹਨਾਂ ਦੀ ਮਜਬੂਰੀ ਜਾ ਸਕੇ, ਪਰ ਮੈਂ ਤਾਂ ਕਹਿੰਦਾ ਕਿ ਤੁਹਾਡੇ ਕੰਨਾਂ ਦੇ ਵਿੱਚ ਇਹ ਗੱਲ, ਮੈਂ ਤੁਹਾਡੇ ਵਾਸਤੇ ਤੁਹਾਡੇ ਉੱਤੇ ਗਾਣਾ ਇਹ ਲਿਖਿਆ। ਬਲਕਿ ਹੁਣ ਗਾਇਕ ਬਹੁਤ ਰਾਈਟਰ ਬੜੇ ਆ, ਹਾਂਜੀ, ਹਰ ਹਰ ਰੋਜ਼ ਨਵਾਂ ਗਾਇਕ ਨਵਾਂ ਰਾਈਟਰ ਪੈਦਾ ਹੋ ਰਿਹਾ ਪੰਜਾਬ ਦੀ ਧਰਤੀ ਉੱਤੇ। ਪੰਜਾਬ ਨੂੰ ਰੱਬ ਨੇ ਚੰਗੀ ਬਖਸ਼ ਦਿੱਤੀ ਹੈ ਕਿ ਇਹ ਚੰਗੇ ਗਾਇਕ ਹਰ ਸਾਲ ਸਾਡੇ ਸਾਹਮਣੇ ਆ ਰਹੇ ਨੇ। ਅਸੀਂ ਆਸ ਕਰਦੇ ਹਾਂ ਤੁਸੀਂ ਵੀ ਜਲਦੀ ਛੇਤੀ ਛੇਤੀ ਦਰਸ਼ਕਾਂ ਸਾਹਮਣੇ ਆਓ, ਆਪਣੀ ਕੈਸਟ ਕੱਢੋ ਅਤੇ ਇੱਕ ਚੰਗਾ ਜਿਹਾ ਨਾਂ ਆਪਣੇ ਆਪਣੀ ਛਾਪ ਪੰਜਾਬ 'ਤੇ ਛੱਡੋ। ਹੋਰ ਬਾਜਵਾ ਸਾਹਿਬ ਜੀ, ਹੁਣ ਅਸੀਂ ਗੱਲ ਕਰ ਰਹੇ ਸੀ ਗਾਇਕੀ ਬਾਰੇ ਤੁਹਾਡੇ ਬਾਰੇ, ਤੁਸੀਂ ਕਿਸ ਤਰ੍ਹਾਂ ਦੀ ਗਾਇਕੀ ਪਸੰਦ ਕਰਦੇ ਹੋ? ਯਾਰ ਗਾਇਕੀ ਹੁਣ ਮੈਂ ਕਰਦਾ ਹੈ ਕਿ ਠੰਡੀ ਜੀ ਹੋਈ ਗੱਲ, ਕਿ ਅੱਜ ਤੱਕ ਕੀ ਹੈ ਕਿ ਸਾਡੇ ਗਾਣੇ ਹੁੰਦੇ ਆ ਬੜੇ ਲਫੜਿਆਂ ਲਫੜਿਆਂ ਵਾਲੇ ਜਿਹੇ ਹੋਏ ਆ, ਬਾਕੀ ਉਹੋ ਜਿਹੇ ਗਾਣੇ ਨਹੀਂ ਗਾਏ, ਮੈਂ ਵੀ ਉਹੋ ਜਿਹੇ ਲਿਖੇ ਆ ਕਿ ਜਿਹੋ ਜਿਹੇ, ਮੈਂ ਕਹਿੰਦਾ ਕਿ ਸੈਡ ਸੌਂਗ ਲਿਖਿਆ ਹੋਊਗਾ ਉਹੋ ਜਿਹਾ ਤੁਸੀਂ ਸੈਡ ਸੌਂਗ ਨਹੀਂ ਸੁਣਿਆ ਹੋਏਗਾ, ਜੇ ਮੈਂ ਲੜਾਈ ਵਾਲਾ ਲਿਖਿਆ ਹੋਏਗਾ ਉਹੋ ਜਿਹਾ ਤੁਸੀਂ ਲੜਾਈ ਵਾਲਾ ਗਾਣਾ ਨਹੀਂ ਸੁਣਿਆ ਹੋਊਗਾ, ਜੇ ਮੈਂ ਕਿਸੇ ਹਾਸਿਆਂ ਵਾਲਾ ਲਿਖਿਆ ਹੋਏਗਾ ਤੁਸੀਂ ਉਹੋ ਜਿਹਾ ਹਾਸੇ ਵਾਲਾ ਨਹੀਂ ਸੁਣਿਆ ਹੋਊਗਾ। ਬਲਕਿ ਹਰ ਇੱਕ ਮੈਂ ਕੋਈ ਦੁਨੀਆ 'ਤੇ ਵੀ ਦੁਨਿਆਵੀ 'ਤੇ ਵੀ ਲਿਖੇ ਆ, ਅਤੇ ਮੇਰੀ ਜਿਹੜਾ ਸੋਚ ਵੱਖਰੀ ਜਿਹੀ ਆ, ਹਟ ਕੇ ਸੋਚ ਹੈ, ਹਾਂਜੀ ਹਾਂਜੀ। ਅਤੇ ਮੈਂ ਕਹਿੰਦਾ ਕਿ ਮੈਨੂੰ ਮੌਕਾ ਦਿਓ, ਮੈਂ ਗਾਣੇ ਬਹੁਤ ਵਧੀਆ ਲਿਖੇ ਆ, ਬਹੁਤ ਵਧੀਆ, ਕਿ ਤੁਹਾਨੂੰ ਮੈਂ ਗੱਲਾਂ ਕਰਦੇ ਕਰਦੇ ਮੈਨੂੰ ਇੱਕ ਗੱਲ ਚੇਤੇ ਜੀ ਆਈ ਕਿ ਤੁਸੀਂ ਇਹ ਗਾਇਕੀ ਜਿਹੜਾ ਸਟਾਰਟ ਕੀਤੀ ਸੀ ਸਕੂਲ ਟਾਈਮ ਵੀ ਤੁਸੀਂ ਗਾਉਂਦੇ ਰਹੇ, ਕਿ ਅਚਾਨਕ ਕੀ ਤੁਸੀਂ ਹੁਣ ਇਸ ਬਾਰੇ ਮੁੜੇ ਮੋੜ ਮੁੜਿਆ ਹੈ? ਯਾਰ ਹੁਣ ਕੀ ਹੁੰਦਾ ਕਿ ਕਈ ਵਾਰੀ ਬੰਦਾ ਚਾਹ ਕੇ ਵੀ ਕੁਛ ਨਹੀਂ ਕਰ ਸਕਦਾ, ਹੁਣ ਜਿੱਦਾਂ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਸੀ, ਸਹੀ ਹੈ, ਸਕੂਲ ਦੇ ਵਿੱਚ ਪੜ੍ਹਦੇ ਸੀ, ਸ਼ੌਂਕ ਸ਼ੌਂਕ ਕਿਹਨੂੰ ਨਹੀਂ ਹੁੰਦਾ ਗਾਇਕੀ ਦਾ, ਸਾਰਿਆਂ ਨੂੰ ਹੁੰਦਾ ਵਿੱਚੋਂ ਵਿੱਚ ਅੰਦਰੋਂ ਅੰਦਰ ਹਾਂਜੀ ਸ਼ੌਂਕ ਹਾਂਜੀ, ਅਤੇ ਉਦੋਂ ਮੈਨੂੰ ਗਾਇਕੀ ਤੋਂ ਬਾਅਦ ਰਾਈਟਰਿੰਗ 'ਚ ਹੀ ਸ਼ੌਕ ਸੀਗਾ, ਅਤੇ ਉਸ ਟਾਈਮ ਮੈਂ ਫੋਟੋ ਕਾਪੀਆਂ ਵੀ ਕਰਾਈਆਂ, ਇੱਕ ਵਾਰੀ ਫੋਟੋ ਕਾਪੀ ਵਾਲੀ ਦੁਕਾਨ 'ਤੇ ਜਾ ਕੇ ਯਾਰ ਕਿਸੇ ਨੂੰ ਦਈਏ, ਫਿਰ ਮੇਰੇ ਯਾਰਾਂ ਨੂੰ ਤਾਂ ਮੈਨੂੰ ਪਤਾ ਹੀ ਹੈ, ਉਹ ਤਾਂ ਕਹਿੰਦੇ ਯਾਰ ਤੂੰ ਪਹਿਲਾਂ ਹੀ ਬੜਾ ਵਧੀਆ ਲਿਖਦਾ ਸੀ, ਪਰ ਹੁਣ ਤਾਂ ਤੂੰ ਬਿਲਕੁਲ ਹੀ ਫੱਟੇ ਚੱਕੀ ਜਾਂਦੇ ਆ। ਹਾਂਜੀ ਹਾਂਜੀ, ਅਤੇ ਤੂੰ ਕਰ ਯਾਰ ਤੂੰ ਕਰ, ਕੋਈ ਗੱਲ ਨਹੀਂ, ਤੈਨੂੰ ਜਨਤਾ ਪੂਰੀ ਸਪੋਰਟ ਕਰੇਗੀ। ਹੁਣ ਮੈਂ ਫਰਵਰੀ ਦੇ ਵਿੱਚ ਓਪਨ ਅਖਾੜਾ ਲਗਾ ਰਿਹਾ, ਪੰਜਾਬ ਵਿੱਚ ਕਿੱਥੇ ਲਗਾ ਰਹੇ ਹੋ? ਮੈਂ ਯਾਰ ਆਪਣੇ ਪਿੰਡ ਹੀ ਲਗਾ ਰਿਹਾ ਅਖਾੜਾ। ਤੁਸੀਂ ਦਰਸ਼ਕਾਂ ਨੂੰ ਆਪਣਾ ਪਿੰਡ ਆਪਣੇ ਬਾਰੇ ਕੁਝ? ਮੇਰਾ ਯਾਰ ਪਿੰਡ ਹੈ ਹੁਸ਼ਿਆਰਪੁਰ, ਮੇਰਾ ਜ਼ਿਲ੍ਹਾ ਹੈ, ਹਾਂਜੀ ਹਾਂਜੀ, ਤੇ ਮੁਕੇਰੀਆਂ ਮੇਰਾ ਸ਼ਹਿਰ ਹੈ, ਹਾਂਜੀ ਤੇ ਹਾਂਜੀ, ਚੱਲਗੜ ਨਵਾਂ ਪਿੰਡ, ਤੁਸੀਂ ਕਿਤੇ ਵੀ ਪੁੱਛ ਲਿਓ ਮੁਕੇਰੀਆਂ ਦੇ ਵਿੱਚ ਜਾ ਕੇ, ਹਾਂਜੀ ਹਾਂਜੀ, ਤੇ ਉਹ ਮੇਰਾ ਪਿੰਡ ਹੈ ਤੇ ਉੱਥੇ ਜੋਤੀ ਤੁਸੀਂ ਰਹਿਣ ਵਾਲੇ ਹੋ? ਹਾਂ, ਟਾਲਗੜ ਜੋਤੀ ਦੀ, ਜੱਟ ਮੇਰਾ ਨਾਂ ਹੈ, ਹਾਂਜੀ ਹਾਂਜੀ, ਤੇ ਬਸ ਗਲਕੀ ਸਿੱਧੇ ਸਾਦੇ ਹੀ ਦੇਸੀ ਜੇ ਹੀ ਰਹੀਦਾ ਹੀ, ਹਾਂਜੀ ਹਾਂਜੀ, ਗਲਕੀ ਬਸ ਕੁਛ ਨਹੀਂ ਖੱਟਿਆ ਦੁਨੀਆ ਤੋਂ, ਬਸ ਯਾਰੀਆਂ ਖੱਟੀਆਂ, ਹਾਂਜੀ ਹਾਂਜੀ, ਤੇ ਦਿਲ ਆਪਣੇ ਇਦਾਂ ਹੈ ਕਿ ਬਸ ਕਹੀਦਾ ਕਿ ਬਸ ਆਪੂ ਘੱਟਾ ਖਾ ਲਈਏ ਪਰ ਕਿਸੇ ਨੂੰ ਘੱਟਾ ਨਾ ਪਏ। ਹਾਂਜੀ ਹਾਂਜੀ, ਬਹੁਤ ਹੀ ਵਧੀਆ ਗੱਲ ਹੈ, ਤੁਹਾਡੇ ਨਾਲ ਮਿਲ ਕੇ ਬਹੁਤ ਹੀ ਚੰਗਾ ਲੱਗਿਆ। ਤੇ ਹੁਣ ਮੈਂ ਜਿਹੜਾ ਜੈਜ ਭਾਜੀ ਨੂੰ ਗਾਣਾ ਦਿੱਤਾ, ਹੁਣ ਮੈਂ ਤੁਹਾਡੇ ਇੱਕ ਵਾਰੀ ਰੂ ਰੂ ਕਰ ਸਕਦਾ, ਚਲੋ ਤੁਹਾਡਾ ਗਾਣਾ ਸੁਣੀਏ, ਦਰਸ਼ਕਾਂ ਨੂੰ ਵੀ ਸੁਣਾਈਏ ਤੇ ਮਨ ਪਰਚਾਈਏ। ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਦਰਸ਼ਕਾਂ ਨੂੰ, ਕਿ ਇਹ ਜਿਹੜੇ ਮੈਂ ਗਾਣੇ ਲਿਖੇ ਇਹ ਮੇਰੇ ਗਾਣੇ ਨਹੀਂ ਗੇ, ਇਹ ਮੇਰੇ ਦਿਲ ਦੀਆਂ ਹੁੱਕਾਂ ਹੈ, ਜੋ ਵੀ ਮੈਂ ਲਿਖਿਆ ਇਹ ਦਿਲ ਦੇ ਵਿੱਚੋਂ ਲਿਖਿਆ, ਇਹ ਸੋਚੋ ਕਿ ਮੇਰੇ ਦਿਲ ਦੀ ਸ਼ਾਹੀ ਨਾਲ ਲਿਖੋ ਰਿਹਾ, ਜੋ ਵੀ ਲਿਖੋ ਰਿਹਾ ਮੇਰਾ, ਤੁਹਾਡੀ ਆਪ ਬੀਤੀ ਤੁਸੀਂ ਆਪਣੇ ਗਾਇਕੀ ਵਿੱਚ ਲਿਖਿਆ ਹੋਇਆ ਬੀਤੀ ਹੈ ਜੋ ਮੈਂ ਦੁਨੀਆ ਤੋਂ ਮਹਿਸੂਸ ਕੀਤਾ, ਮੇਰੀ ਚਾਹੇ ਉਮਰ ਜ਼ਿਆਦਾ ਨਹੀਂ ਗੀ, ਪਰ ਹਾਂਜੀ, ਕਈ ਵਾਰੀ ਕੀ ਹੁੰਦਾ ਬੰਦਾ ਹਾਲਾਤਾਂ ਦੇ ਵਿੱਚ ਕਹਿੰਦੇ ਇੰਨਾ ਕੁਛ, ਇਹੋ ਜਿਹੇ ਹਾਲਾਤ ਹੁੰਦੇ ਕਿ ਬੰਦਾ ਉਸ ਨੂੰ ਜੋ ਆਪਣੇ ਆਪ ਦੇ ਵਿੱਚ ਰਿਹਾ ਹੁੰਦਾ ਉਸ ਨੂੰ ਆਪਣੀ ਗਾਇਕੀ ਵਿੱਚ ਉਤਾਰ ਦਿੰਦਾ ਹੈ। ਹਾਲਾਤਾਂ ਦੇ ਨਾਲ ਬੰਦਾ ਕਈ ਕੁਛ ਸਿੱਖ ਜਾਂਦਾ, ਕਈ ਹਾਂਜੀ ਹਾਂਜੀ, ਇੰਨਾ ਨਹੀਂ ਸਿੱਖਦੇ ਜਿਹੜਾ ਬੰਦਾ ਹਾਲਾਤਾਂ ਦੇ ਨਾਲ, ਕਹਿੰਦੇ ਕਈ ਤਰ੍ਹਾਂ ਦੇ ਹਾਲਾਤ ਕਈ ਮੋੜ ਪੈ ਜਾਂਦੇ, ਸਹੀ ਹੈ, ਹਾਂਜੀ ਕਈ ਵਾਰੀ ਹਾਂਜੀ, ਬੰਦੇ ਨੇ ਚਾਹ ਹੀ ਕੀਤੀ ਹੁੰਦੀ ਪੂਰੀ ਉਮਰ, ਉਹਨੂੰ ਪਤਾ ਨਹੀਂ ਕਾਫੀ ਦਾ ਸਟੋਰ ਕੀ ਹੁੰਦਾ, ਸਹੀ ਹੈ ਨਾ, ਹਾਂਜੀ ਸਵਾਦ ਕੀ ਹਾਂਜੀ ਹੁੰਦਾ, ਹਾਂਜੀ ਹਾਂਜੀ, ਤੇ ਇੱਦਾਂ ਹੀ ਗੱਲ ਕਿ ਕਈਆਂ ਨੂੰ ਪਤਾ ਨਹੀਂ ਹੁੰਦਾ ਸੁੱਖ ਦੇ ਵਿੱਚ ਰਹਿ ਕੇ ਦੁੱਖ ਦਾ ਕੀ ਹੁੰਦਾ, ਕਈਆਂ ਨੂੰ ਪਤਾ ਨਹੀਂ ਦੁੱਖ ਦੇ ਵਿੱਚ ਰਹਿ ਕੇ ਸੁੱਖ ਦਾ ਕੀ ਹੁੰਦਾ, ਇੱਦਾਂ ਦਾ ਕੀ, ਮੈਂ ਹਰ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਪਾਰਟਾਂ ਦੇ ਵਿੱਚ ਗੁਜ਼ਰੇ ਹਾਂ, ਇਕੱਲੇ ਇਕੱਲੇ ਪਾਰਟ, ਲੱਗਦਾ ਸੀ ਛੋਟੀ ਜਿਹੀ ਉਮਰ ਵਿੱਚ ਕਾਫੀ ਅਨੁਭਵ ਕਰ ਚੁੱਕੇ ਹੋ ਜ਼ਿੰਦਗੀ ਬਾਰੇ। ਹਾਂ ਬਸ ਇਹੀ ਹੈ
ਹਾਂਜੀ ਇਹ ਤਾਂ ਹਾਂਜੀ ਮੇਰੇ ਯਾਰਾਂ ਨੂੰ ਵੀ ਪਤਾ ਕਿੰਨਾ ਮਿਸ ਕਰੀਦਾ। ਹਾਂਜੀ ਹਾਂਜੀ ਕੱਲ੍ਹ ਕੀ ਉੱਥੇ ਕੀ ਕਰਨਾ ਸੀ, ਆਪਾਂ ਪੈਗ ਸ਼ੈਗ ਵੀ ਲਾਈਦਾ ਸੀ ਤੁਹਾਡੇ ਨਾਲ, ਝੂਠ ਨਹੀਂ ਬੋਲਣਾ, ਹਾਂਜੀ ਕਦੀ ਹਾਂਜੀ ਝੂਠ ਮੈਂ ਬੋਲਣਾ ਨਹੀਂ ਚਾਹੁੰਦਾ ਤੁਹਾਡੇ ਨਾਲ। ਨਹੀਂ ਤੇ ਤੇ ਅੱਜ ਕੱਲ੍ਹ ਤੇ ਹਰ ਪੰਜਾਬੀ ਦਾ ਪੈਗ ਸ਼ੈਗ ਲਾਉਂਦੇ ਹੀ ਰਹਿੰਦੇ ਨੇ। ਨਹੀਂ ਪੈਗ ਸ਼ੈਗ ਚਲੋ ਹਾਂ, ਕੱਲ੍ਹ ਕੀ ਪੈਗ ਸ਼ੈਗ ਲਾਈਦਾ ਸੀ, ਫਿਰ ਲਲਕਾਰੇ ਵੀ ਮਾਰੀਦੇ ਸੀ। ਹਾਂਜੀ ਹਾਂਜੀ ਤੇ ਹੁਣ ਆਪਣੇ ਲਲਕਾਰੇ ਕਿੱਥੋਂ ਮਾਰੀਏ ਤੁਸੀਂ ਆਪ ਦੱਸੋ। ਹਾਂਜੀ ਹਾਂਜੀ ਉਹ ਲਲਕਾਰੇ ਪਰਾਏ ਦੇਸ਼ ਚ ਕਿੱਥੋਂ ਬੈਠੇ ਬੈਠੇ ਹੋਏ ਮਾਰੀਆਂ ਹੋ ਲੱਗੀਆਂ ਤੇ ਵੀ ਸਾ ਇੱਥੇ ਆਪਾਂ ਡੈੱਕ ਵੀ ਨਹੀਂ ਬਹੁਤੀ ਉੱਚੀ ਬਾਸ ਯਾਰ, ਉੱਥੇ ਤਾਂ ਕੋਠੇ ਉੱਤੇ ਡੈੱਕ ਰੱਖ ਲਈਦਾ, ਇੱਥੇ ਕੋਠੇ ਤੇ ਵੀ ਨਹੀਂ ਡੈੱਕ ਰੱਖ ਇੱਥੇ ਲਿਆ ਅਲਾਊਡ ਨਹੀਂ ਹੈਗਾ ਜੀ। ਬਾਕੀ ਆਪਾਂ ਉੱਥੇ ਕੀ ਹੁੰਦਾ ਸੀ, ਮੇਰਾ ਨਹਿਰ ਤੋਂ ਲਲਕਾਰਾ ਮਾਰਦਾ ਸੀ, ਪਿੰਡ ਤੱਕ ਸੁਣਦਾ ਸੀ ਮੇਰਾ ਲਲਕਾਰਾ, ਕੱਲ ਹਾਂਜੀ ਕੀ ਕਿਲੋਮੀਟਰ ਦੀ ਰੇਂਜ ਖਿੱਚਦਾ ਸੀ, ਹਾਂਜੀ ਜਦ ਹਾਂਜੀ ਦੂਰੋਂ ਪਤਾ ਲੱਗ ਜਾਂਦਾ ਸੀ ਹਾਂ ਵੀ ਜੋਤੀ ਆ ਰਿਹਾ। ਹਾਂਜੀ ਹਾਂਜੀ ਤੇ ਦਾਰੂ ਪੀ ਕੇ ਉੱਥੇ ਲਲਕਾਰੇ ਮਾਰਨੇ, ਐਸ਼ਾ ਕਰਨੀਆਂ, ਇੱਥੇ ਤਾਂ ਬਸ ਦਾਰੂ ਪੀ ਲਈ ਤੇ ਜਦੋਂ ਇਸ ਲਲਕਾਰਾ ਦਾ ਮਾਰ, ਮਤਲਬ ਪੰਜਾਬ ਦੀ ਕਾਫੀ ਮੌਜ ਮਸਤੀ ਕਰਕੇ ਆਏ ਹੋ, ਬਹੁਤ ਬਹੁਤ ਜ਼ਿਆਦਾ, ਪਰ ਇੱਥੇ ਆ ਕੇ ਤੁਸੀਂ ਕਾਫੀ ਪੰਜਾਬ ਨੂੰ ਮਿਸ ਕਰ ਰਹੇ ਹੋ। ਬਹੁਤ ਬਹੁਤ ਜ਼ਿਆਦਾ ਮਿਸ ਕਰ ਰਹੇ, ਹਾਂਜੀ ਬਹੁਤ ਹਾਂਜੀ। ਜ਼ਿਆਦਾ ਅਸੀਂ ਕਹਾਂਗੇ ਛੇਤੀ ਤੁਸੀਂ ਪੰਜਾਬ ਆ ਕੇ ਆਪਣੇ ਦਰਸ਼ਕਾਂ ਨੂੰ ਆਪਣੇ ਗਾਇਕੀ ਨਾਲ ਭਰਪੂਰ ਕਰੋ ਜੀ। ਤੇ ਤੇ ਬਾਕੀ ਇੱਦਾਂ ਹੈ ਕਿ ਇੱਥੇ ਤਾਂ ਹੁਣ ਬੜਕ ਮਾਰਨ ਨੂੰ ਬੜਾ ਦਿਲ ਕਰਦਾ, ਬੜਕ ਮੂੰਹ ਦੇ ਅੰਦਰ ਹੀ ਰਹਿ ਜਾਂਦੀ, ਹਾਂਜੀ ਮੂੰਹ ਹਾਂਜੀ ਮੂੰਹ ਕਰਦੇ ਆ ਜੀਦਾ, ਦਰਦ ਜਦੋਂ ਪੀਲੀ ਦੀ ਫਿਰ ਜਦੋਂ ਬੜਕ ਨੂੰ ਕਰੀਦਾ ਫਿਰ ਕਰਦੇ ਆ ਜੀਦਾ, ਹਾਂਜੀ ਕਿਉਂਕਿ ਬੜਕ ਹਾਂਜੀ ਮਾਰਨ ਨੂੰ ਦਿਲ ਕਰਦਾ। ਹੁਣ ਕੀ ਕਰੀਏ, ਫਿਰ ਅੰਦਰ ਕੁੰਡਾ ਲਾ ਕੇ ਤੇ ਫਿਰ ਟੀਵੀ ਦੀ ਆਵਾਜ਼ ਚੱਕ ਕੇ ਫਿਰ ਬੜਕ ਮਾਰੀ ਦੀ ਲਲਕਾਰਾ, ਕਿਉਂਕਿ ਲਲਕਾਰਾ ਵੀ ਨਹੀਂ ਰਹਿੰਦਾ ਹਾਂਜੀ ਹਾਂਜੀ ਖੇਤੀ ਬਿਨਾਂ, ਸਾਡੇ ਤੋਂ ਓਦਾਂ ਨਹੀਂ ਸਰਦਾ। ਹਾਂ ਪੰਜਾਬੀ ਕਿ ਕਿੱਥੇ ਘੱਟ, ਕਿਤੇ ਲਲਕਾਰਾ ਵੱਜਣਾ ਹੀ ਵੱਜਣਾ, ਵੱਜਣਾ ਹੀ ਵੱਜਣਾ। ਸਹੀ ਗੱਲ ਜੀ, ਤੇ ਬਿਲਕੁਲ ਸਹੀ ਜੀ ਗੱਲ ਕੀ, ਬਾਕੀ ਆਪਾਂ ਇੱਦਾਂ ਹੀ ਸਾਡੇ ਸਾਰੇ ਉੱਥੇ ਮੁਕੇਰੀਆਂ ਦੇ ਵਿੱਚ ਪੂਰੇ ਮੁੰਡਿਆਂ ਨੂੰ ਵੀ ਪਤਾ ਹੈ ਕਿ ਨਵੇਂ ਪਿੰਡ ਦਾ ਜੋਤੀ ਹਾਂਜੀ ਇਹ ਹਾਂਜੀ। ਦੇਸੀ ਜਿਹਾ ਬੰਦਾ ਹੈ, ਤੇ ਹੁਣ ਮੈਂ ਜਿਹੜਾ ਗਾਣਾ ਲਿਖਿਆ ਜੱਜੀ ਭਾਜੀ ਨੂੰ ਉਹ ਸੁਣੂ। ਚਲੋ ਸੁਣਾਓ ਜੀ, ਅਸੀਂ ਵੀ ਦਰਸ਼ਕਾਂ ਨੂੰ ਸੁਣਾਈਏ ਆਪਣੇ ਸਾਡੇ ਜੋਤੀ ਸਾਹਿਬ ਬਾਜਵਾ ਸਾਹਿਬ ਜੀ ਤੁਹਾਡੇ ਅੱਗੇ ਆਪਣੇ ਆਪਣੇ ਦੋ ਚੰਨ ਕੇ ਰਹਿਣਾ ਪੇਸ਼ ਕਰਨ ਜਾ ਰਹੇ ਨੇ। ਅਸੀਂ ਆਸ ਕਰਦੇ ਹਾਂ ਵਾਹਿਗੁਰੂ ਖਾਲਸਾ ਜੀ ਅੱਗੇ ਕਿ ਉਹਨਾਂ ਦੀ ਗਾਇਕੀ ਨੂੰ ਭਰਪੂਰ ਹੌਸਲਾ ਭਰਪੂਰ ਫਤਿਹ ਮਿਲੇ ਤੇ ਉਹ ਜਲਦੀ ਹੀ। ਮੈਂ ਇਹਦੇ ਵਿੱਚ ਆਪਣੇ ਨਹੀਂ ਸੋਚਦਾ, ਮੈਂ ਆਪਣਾ ਥੋੜਾ ਵੀ ਨਹੀਂ ਸੋਚਦਾ, ਕਿਉਂਕਿ ਮੈਂ ਤਾਂ ਇੱਦਾਂ ਹੀ ਦੁਨੀਆ ਤੋਂ ਚੱਲ ਜਾਣਾ ਸੀਗਾ ਜੇ ਮੇਰੇ ਗਾਇਕ ਮੇਰੇ ਯਾਰ ਨਾ ਹੁੰਦੇ, ਜਸਪ੍ਰੀਤ ਯਾਰ, ਫਿਰ ਹੋਰ ਉੱਥੇ ਪੰਜਾਬ ਦੇ ਵਿੱਚ ਮੈਨੂੰ ਮੁੰਡਿਆਂ ਦੀਆਂ ਕੋਲਾਂ ਆਉਂਦੀਆਂ ਬਹੁਤ ਜ਼ਿਆਦਾ ਦੀਆਂ ਹਾਂਜੀ ਹਾਂਜੀ ਕਿ ਯਾਰ ਤੂੰ ਇੱਦਾਂ ਕਰ, ਆਪਾਂ ਤੇਰੇ ਪਿੱਛੇ ਸਪੋਰਟ ਹੈ ਯਾਰ, ਆਪਾਂ ਤੇਰੇ ਪਿੱਛੇ ਸਪੋਰਟ ਹੈ, ਤੈਨੂੰ ਕੋਈ ਨਹੀਂ, ਤੂੰ ਯਾਰ ਬਹੁਤ ਅਲੱਗ ਜਿਹਾ ਬੰਦਾ ਹੈ, ਤੈਨੂੰ ਜਨਤਾ ਪਸੰਦ ਕਰੂਗੀ। ਮੇਰਾ ਆਪਣੇ ਵਿੱਚ ਕੁਛ ਨਹੀਂ ਗਾ, ਸੋਚੋ ਕਿ ਮੈਂ ਹੁਣ ਬਹਿ ਜਾਣਾ ਸੀਗਾ ਹਾਂਜੀ ਤੇ ਹਾਂਜੀ ਇਹ ਮੇਰੇ ਯਾਰਾਂ ਨੇ ਮੈਨੂੰ ਚੱਕਿਆ ਦੁਬਾਰਾ ਇੱਦਾਂ ਕਹਿ ਕਹਿ ਕੇ ਯਾਰ ਤੂੰ ਬਹੁਤ ਵਧੀਆ ਲਿਖਦਾ ਹੈ, ਤੂੰ ਬਹੁਤ ਵਧੀਆ ਲਿਖਦਾ, ਮੈਂ ਗਜ਼ਲਾਂ ਵੀ ਲਿਖਦਾ ਹੈ ਹਿੰਦੀ 'ਚ, ਹਾਂਜੀ ਹਾਂਜੀ ਗਜ਼ਲਾਂ ਬਹੁਤ ਵਧੀਆ ਲਿਖਦਾ ਹੈ। ਹੁਣ ਕਈ ਵਾਰੀ ਕੀ ਹੁੰਦਾ, ਬੰਦਾ ਸਭ ਕੁਛ ਹੁੰਦਾ, ਬੰਦਾ ਇੱਦਾਂ ਹੀ ਕੁਛ ਦੁਨੀਆ ਦੇਖ ਨਹੀਂ ਸਕਦੀ ਉਹਦੀ, ਸਹੀ ਹੈ ਨਾ, ਹਾਂਜੀ ਇੱਦਾਂ ਹੀ ਬੰਦਾ ਰਹਿ ਜਾਂਦਾ, ਮੂਵੀਆਂ ਵੀ ਲਿਖਦਾ, ਮੈਂ ਹਾਂਜੀ। ਗਾਣੇ ਵੀ ਲਿਖਦਾ। ਉਹ ਹੁਣ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਸੁਣਾਉਣ ਜਾ ਰਹੇ ਹੋ ਮੈਂ ਜੀ? 2011 ਜਿਹੜਾ ਉਹਨਾਂ ਵਾਸਤੇ ਲਿਖਿਆ ਹੈ, ਪਰ ਕਿਸੇ ਮਜਬੂਰੀ ਕਾਰਨ ਮੈਂ ਨਹੀਂ ਜਾ ਸਕਦਾ ਯਾਰ, ਤੈਨੂੰ ਪਤਾ ਹੁਣ ਆਪਾਂ ਕਦੋਂ ਜਾਣਾ ਛੁੱਟੀ ਆਪਾਂ, ਫਰਵਰੀ 'ਚ ਜਾਣਾ, ਤੇ ਫਰਵਰੀ ਦੇ ਵਿੱਚ ਫਿਰ ਫਰਵਰੀ 'ਚ ਗਾਣਾ ਖਿੱਚਣਾ ਆਪਾਂ, ਚਲੋ ਤੇ ਠੀਕ ਹੈ। ਫਰਵਰੀ ਉਹ ਵੀ ਕੋਸ਼ਿਸ਼ ਕਰਨੀ ਹੈ ਕਿ ਵਧੀਆ ਤੁਹਾਨੂੰ ਲੱਗੇ, ਉਹ ਵੀ ਯੂਟਿਊਬ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਂਜੀ ਹਾਂਜੀ ਤੇ ਬਾਕੀ ਹੁਣ ਜਿਹੜਾ ਮੈਂ ਗਾਣਾ ਤੁਹਾਡੇ ਵਾਸਤੇ ਕਿ ਚਲੋ ਮੈਂ ਤੁਹਾਨੂੰ ਯਾਰ ਕੰਪਨੀਆਂ ਦੇ ਥਰੂ ਨਹੀਂ ਮਿਲ ਸਕਿਆ, ਚਲੋ ਤੁਹਾਨੂੰ ਇਦਾਂ ਖਿੱਚ ਕੇ ਦੱਸੀ ਐਜ਼ ਅ ਡਾਇਰੈਕਟ ਤੁਸੀਂ ਉਹਨੂੰ ਮਿਲਣਾ, ਦਰਸ਼ਕਾਂ ਨੂੰ ਮਿਲਣ ਜਾ ਰਹੇ ਯੂਟਿਊਬ ਜੋ ਮੈਂ ਰਾਹੀਂ। ਟੱਪੇ ਲਿਖਦਾ ਉਹਦੇ ਵਿੱਚ ਕੋਈ ਨਾ ਕੋਈ ਮਤਲਬ ਹੈ, ਤੁਸੀਂ ਆਪ ਬਹਿ ਕੇ ਵੀ ਸੁਣ ਸਕਦੇ ਹੋ, ਹਾਂ ਯਾਰ ਇਹ ਟੱਪੇ ਦੇ ਵਿੱਚ ਆਹ ਮਤਲਬ ਇਹਨੇ ਕੱਢਿਆ, ਉਹਦੇ ਵਿੱਚ ਆਹ ਕੱਢਿਆ, ਗੱਲ ਕਿ ਉਹ ਨੀ ਗਾ ਕਿ ਢੋਲ ਵੱਜ ਗਿਆ ਤੇ ਡਮ ਡਮ ਹੋ ਗਏ, ਇਸ਼ਾਰਾ ਰਾਲਾ ਹੋ ਗਿਆ ਤੇ ਗਾਣਾ ਚੜ ਗਿਆ। ਹਾਂਜੀ ਹਾਂਜੀ ਕਿ ਮੈਂ ਕਹਿੰਦਾ ਕਿ ਉਹ ਜਿਹਾ ਗਾਣਾ ਹੋਵੇ ਜਿਹੜਾ ਮਿਊਜ਼ਿਕ ਤੋਂ ਬਿਨਾਂ ਵੀ ਯਾਰ ਸੁਣਨ ਨੂੰ ਮਜ਼ਾ ਨਾ ਆਏ ਤੇ ਫਿਰ ਗਾਣਾ ਕੀ ਹੈ। ਹਾਂਜੀ ਉਹਨੂੰ ਵੀ ਰਾਈਟਰ ਕੌਣ ਤੁਸੀਂ ਦਿਲ ਦੇ ਨਾਲ ਗਾਇਕੀ ਕਰਦੇ ਹੋ ਜੀ, ਉਹਨੂੰ ਵੀ ਰਾਈਟਰ ਕੌਣ ਕਹੇ ਜੇ ਫਿਰ ਮਜ਼ਾ ਨਾ ਆ ਜੇ ਵੱਖਰਾ ਹੀ। ਹਾਂਜੀ ਸਹੀ ਹਾਂਜੀ ਹੈ ਨਾ, ਚਲੋ ਫਿਰ ਤੁਸੀਂ ਥੋੜਾ ਗਾ ਕੇ ਸੁਣਾਓ। ਨਾਨਕ ਦੀ 2008 ਵਿੱਚ ਦੁੱਖ ਬੜੇ ਸਨ ਤੇ 2009 ਦਿੰਦ ਫਿਕਰਾਂ ਨੇ ਖਾ ਲਈ, 2010 ਵਿੱਚ ਥੋੜੀ ਮਿਹਰ ਹੋਈ ਬਾਬੇ ਨਾਨਕ ਦੀ, 2011 ਨੇ ਖੁਸ਼ੀਆਂ ਦੀ ਝੜੀ ਲਾ ਲਈ, 2011 ਸਾਨੂੰ ਖੁਸ਼ੀਆਂ ਹਜ਼ਾਰਾਂ ਅੱਜ ਜੱਟ ਕੋਲੋਂ ਆਇਓ ਕੋਠੀਆਂ ਤੇ ਕਾਰਾਂ, ਮਿੰਟਾਂ ਦੇ ਵਿੱਚ ਲੱਖ ਕਰ ਦੇਵੇ ਰੁਲਦੇ ਜਿਹੜੇ ਕੱਖੀ, ਉਹ ਸਾਰੀ ਦੁਨੀਆ ਤੇ ਰੱਬਾ ਮਿਹਰ ਤੂੰ ਪੂਰੀ ਰੱਖੀ, ਉਹ ਸਾਰੀ ਦੁਨੀਆ ਤੇ ਰੱਬਾ ਮਿਹਰ ਤੂੰ ਪੂਰੀ ਰੱਖੀ, ਰੱਖੀ ਸਭ ਹੱਸਦੇ ਕੋਈ ਵੀ ਨਾ ਰੋਵੇ, ਢਿੱਡ ਸਭ ਦਾ ਭਰੀ ਤੂੰ ਭੁੱਖਾ ਕੋਈ ਵੀ ਨਾ ਸੋਵੇ, ਢਿੱਡ ਸਭ ਦਾ ਭਰੀ ਤੂੰ ਭੁੱਖਾ ਕੋਈ ਵੀ ਨਾ ਸੋਵੇ, ਰੱਖੀ ਸਭ ਤੂੰ ਹੱਸਦੇ ਵੱਸਦੇ ਹੰਝੂ ਨਾ ਆਵੇ ਅੱਖੀ, ਉਹ ਸਾਰੀ ਦੁਨੀਆ ਤੇ ਰੱਬਾ ਮੇਰ ਤੂੰ ਪੂਰੀ ਰੱਖੀ, ਉਹ ਸਾਰੀ ਦੁਨੀਆ ਤੇ ਰੱਬਾ ਮੇਰ ਤੂੰ ਪੂਰੀ ਰੱਖੀ, ਜਾਤ ਪਾਤ ਤੇ ਲੜਨ ਨਾ ਇੱਥੇ ਕੋਈ, ਰੱਬ ਹੈ ਰੱਖਣ ਚੇਤੇ ਕੋਈ, ਰੱਬ ਹੈ ਰੱਖਣ ਚੇਤੇ ਕੋਈ, ਰੱਬ ਹੈ ਰੱਖਣ ਚੇਤੇ,
खाली हाथ दुनिया तो तुर जाना, सब कुछ रह जाना इत्थे, सब कुछ रह जाना इत्थे, सब कुछ रह जाना इत्थे। यारा नाल तू यार मिलावी, कटदी भुलेखे शकी, ओ सारी दुनिया ते रब्बा मेर तू पूरी रखी, ओ सारी दुनिया ते रब्बा मेर तू पूरी रखी। बहुत ही बढ़िया अज बनाया तुमने। साडी जिंदगी च खुशियां दा दिन छाया ए, जिन्ने ज्योति जट अते जनता नू मिलाया ए, जिन्ने ज्योति जट अते तानू सारिया नू मिलाया ए। यारां दी अरबां हुंदे ने दोस्ती कैम तू रखी, ओ सारी दुनिया ते रब्बा मेर तू पूरी रखी, ओ सारी दुनिया ते रब्बा मेर तू पूरी रखी। मेरे लो सारिया नू बधाइयां नवे साल दियां 2011 दियां, कि आपां परदेसां च बैठे फिर भी तुहाडे लई कुछ ना कुछ लिखिया, हाँ जी, हाँ ते जी, मैनू मैनू जिन्ना तुसीं रिस्पोंस दोगे, चलो मेरी आवाज कितना दी भी है, बाकी मेरी तुसीं दस्यो कि मैनू दा मैनू कि दस्यो कि मेरी कलम कितना दी लिखदी है, हाँ जी, हाँ जी, कुछ बहुत ही गलत बढ़िया ते नहीं तुसीं लिखदी लिखिया। कि अच्छी अच्छी इस तरह का गाना कभी नहीं सुनिया। तुहाडा गाना सब तो हट गया नवें साल च। तुहानूं तुसीं अरदास करदे हां तुहाडी नवें साल च तुहाडी कैसेट आ जाए ते दर्शक सानूं रूबरू देख सकन। ते तुहाडी गायकी बहुत साफ सुथरी गायकी है ते असीं अरदास करदे हां वाहिगुरू जी खालसा अगे कि तुहाडी कैसेट जल्दी ही जल्दी दर्शकों सामने पेश करे। और दर्शक भी तुहानूं चंगी भरपूर सपोर्ट करनगे, जिथे तक मैनूं आस है कि तुहानूं दर्शक भी तुहानूं बहुत पसंद करनगे। यार। हुण गल ए हुंदी है कि मैं कहना कि मैनूं अपनी आवाज तो ज्यादा मैनूं अपनी राइटरिंग ते है, मैनूं ए दस्यो कि मेरी कुछ कलम गलत लिख रही है ते मैं उहनूं चेंज करा, हाँ जी, हाँ क्योंकि जी, मैं तुहाडे इक हिसाब नाल की हुंदा है कि बंदा कुछ ना कुछ कहिंदे हुंदे दुनिया तों सिखदा है। मैं एडा वड्डा नहीं कि मैं कहना कि मेरे तो भी कुछ गलत हो सकदा, जे मैं कुछ गलत लिखिया मैनूं कमेंट दे विच भेजियो, जां मैं अपने दमागा तुहानूं ईमेल मैनूं उहदे विच लिखियो कि भई हां तेरी कलम इत्थों गलत असी चली। चाहुंदे हां तुसीं अपना ईमेल एड्रेस हां दर्शकां दे सब कुछ दे सब कुछ दो, मैं ताकि दवांगा। दर्शक अपना हां कमेंट सानूं डायरेक्ट दे सकन, यूट्यूब हाँ राही, याहू राही, फेसबुक राही। याहू ट्यूब बहुत देखते हैं अपने भरा। हाँ जी, हाँ जी, ते तुसीं अपने यूट्यूब, अपने कॉन्टैक्ट नंबर याहू ट्यूब च, फेसबुक च, ते अपने जो फेसबुक साल च अपने दे दते जाण, ताकि लोग तुहानूं डायरेक्ट तुहानूं सपोर्ट कर सकन। जां किसी ने यार कुछ किसी गल बारे कोई कहना होवे तुहानूं डायरेक्ट यार फोन मैं करके मैनू अपनी आवाज तुहानूं मैनू मैं गलबात अपनी कर आवाज दा सकन। भी रिहायस कर रहे हैं हौली हौली, पर मैं कहना कि हुण मेरी मैनू जेहड़ी जेहड़ी चीज है मेरे विच गुण है, कहिंदे हुंदे कि रब हर एक चीज एक बंदे नू नहीं दिंदा, सही है ना। हाँ जी, हाँ जी, किसी ना किसी च कोई ना कोई कमी रह जाए, जरूर रह हुण जाती है। जेहड़े लोहार है उन्हां नू पता हुंदा कि थोड़ी किदां मारनी ते चाकू किदां बनना जां की बनना उहदा, कही किदां तिखी होनी, आम बंदे नू नहीं पता हुंदा। हाँ जी, तकनीक वालिआं नू पता हुंदा भी हां भी इंटरनेट दा इत्थों टुट्टिआ है, यार उहनू वखरा हुंदा, सही है ना। डाक्टरां नू हुंदा कि हां भी मरीज इदां ठीक होणा, हुण डाक्टरां नू कहीए भी तू लिख गाने लिखो, लिख दूगा नहीं नहीं लिखूगा। ले सकता। ये रब ये सर गलती हर कोई अपने अपने किते ने हाँ जुड़िया होया है, ये अपने रब अपने ने किते हर बारे एक जानकारी रखता ये है। रब ने हर एक बंदे नू एक गुण दित्ता हुंदा। मैं कहना कि हुण मेरे को एक चीज दा गुण है, वो मैं इदां व्यर्थ ना गुवावां, दुनिया तो एक दिन चल जाना हाँ सारिया ने, जी, हाँ जी, मैं तो कुछ जिदां करके कबीर ने जाइए। कहा है कि कुछ नहीं रहना इत्थे दुनिया तो सब जाना तुर जाना, हाँ जी, हाँ जी, ते उदां कि जन जीन तो ज्यादा मैं मरण ते विश्वास रखदा, ते बाकी इदां कि चलो मैनू दस्यो कि मैं तुहाडे लई कुछ लिख सकां, मैनू कुछ जिदां मेरे दोस्त सपोर्टां कर रहे हैं इंडिया तो भी पंजाब तो भी कॉलां आ रही हैं कि यार तू गा तू गा, मैं बिल्कुल गा कि बस लिख के ते बस इदां ही रख देना बैग दे विच, ते मैनू ज्यादा दोस्तों ने कहना यार तू कुछ गा तू लिख तू लिख, ते बाकी खड़के दड़के वाले भी लिखे है, हर तरह के लिखे है, इंसानियत में ज्यादा लिखदा, इंसानियत के गाने में ज्यादा लिखदा। बाकी ओह जे नहीं कि तुहानूं भंगड़े वाले ही मिलणगे, विआह शादियां वाले ही मिलणगे, जिदां दे कहोगे उदां दियां हर फुलावां तरह की बना वरायटी के, तुसीं लिख रहे ते हो। हाँ यार फुलां ते फुल ते शुरू करके फुल ते एंड कर दी यार, वो दसो हाँ रब जी, दी हाँ इन्नी जी, मेहर है कि राइटरिंग च अपना इन्ना हाथ चल चल रहा। हिंदी च भी गाने लिखता गजना भी लिखता, जे कितने मैनूं मौका मिलेगा तुहानूं गजना भी सुनाऊंगा। हाँ जी, हाँ जी, इस टाइम तुहानूं कोई गजलदार दिमाग च होवे ते तां तुसीं दस्सो, सामने पेश कीती जावे। इस वेले तां मेरे को हैवी गजल, ते ओह की गजलां दा की है कि मैं ज्यादा जेहड़े है अपने भाजी हो गए की ना इन्हां दा जगजीत, हाँ जी, उन्हें तो गजल बड़े फैन गजलां दे हो। मैनूं बहुत शौक है, कई बार कि मेरी कलम चलदी चलदी पंजाबी सॉन्ग तो गजल।